कई कॉलेज दे विच आउंदे यार टाइम पास नूं कईआं दी हो जू डिग्री ओ बैठे सियास नूं कई यार सट ने हुंदे कईआं दे जक ने हुंदे कईआं तो पच्ची फड़ी गई ते गल विगड़ी ओ पूरी नहीं हुंदी इक सुत्ती डिग्री पर डिग्री ने दित्ते सानूं यार जिगरी प्लस पॉइंट होंगे जो चार पांच मुंडे होंगे ग्रुप से एक कुड़ी होंगी या दो कुड़ियां उन्होंने पैंपर बहुत अलग तरीके किया जाता है इज इट नहीं यह जहाँ तो कुछ नहीं सीगा मैंने लगता है इन्होंने सानू ट्रीट ही नहीं किया कि कल्ली दो कुड़ियां वो जहाँ ने तो सानू इदा करते कि तू भी भरा ही हाँ साडा ये मैंने एक गल दसो गेड़ियाँ पहले गेड़ी गेड़ी कोई याद एक तुहाडी ते पुखराज दी जो पटियाला शूट होंदा सी यूनिवर्सिटी च गेड़ी देती या बाहर कदे 22 नंबर चले गए ਮੇਆ ਤੋਂ ਕਿੰਨਾ ਕੁ ਭੱਜਿਓ ਤੇ ਚਲਾਨ ਕਿੰਨੇ ਕੁ ਕਟਾਏ ਭਰਾ ਇਦਾਂ ਵੀ ਕਈ ਜਿੱਦਾਂ ਹੁੰਦੇ ਨੇ ਵੀ ਪਹਿਚਾਣ ਲੈਂਦੇ ਨੇ ਤਾਂ ਉੱਥੇ ਕਿਤੇ ਉਹ ਚੀਜ਼ ਦਾ ਮਤਲਬ ਬੈਨੀਫਿਟ ਹੋ ਜਾਂਦਾ ਹੈ ਸੋ ਸਤਿ ਸ਼੍ਰੀ ਅਕਾਲ ਸਾਨੂੰ ਹੇਟਰਸ ਲਵਰਸ ਦੀ ਟੀਮ ਜਿਹੜੀ ਪੂਰੀ ਪੂਰੀ ਹੈ ਉਹ ਸਾਡੇ ਨਾਲ ਖੜੀ ਹੈ ਅੰਮ੍ਰਿਤ ਸਾਡੇ ਨਾਲ ਖੜੇ ਨੇ ਪੁਖਰਾਜ ਸਾਡੇ ਨਾਲ ਖੜੇ ਨੇ ਐਂਡ ਡਾਇਰੈਕਟਰ ਆਈ ਮੀਨ ਕੈਪਟਨ ਆਫ ਦਾ ਸ਼ਿਪ ਸਾਡੇ ਨਾਲ ਖੜੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈਪੀ ਨਿਊ ਈਅਰ ਜੀ ਸਾਰਿਆਂ ਨੂੰ ਹੈਪੀ ਨਿਊ ਈਅਰ ਸੋ ਅੰਮ੍ਰਿਤ ਤੁਹਾਨੂੰ ਖੁਦ ਨੂੰ ਕਿਹੋ ਜਿਹਾ ਲੱਗਿਆ ਆਪਣਾ ਕਿਰਦਾਰ ਕਿਉਂਕਿ ਅਸੀਂ ਇਸ ਥੋੜੇ ਜਿਹੇ ਸ਼ੇਡ ਨੂੰ ਦੇਖਿਆ ਬਹੁਤ ਹੈ ਨਾ ਲਿਟਲ ਤੁਹਾਡੇ ਉਹ ਵੈਬ ਸੀਰੀਜ਼ ਦੇ ਵਿੱਚ ਲੇਕਿਨ ਇਸ ਦੇ ਵਿੱਚ ਪੂਰਾ ਇਨਹਾਂਸ ਕਰਕੇ ਤੁਸੀਂ ਆਪਣੇ ਇਸ ਕਰੈਕਟਰ ਨੂੰ ਲੈ ਕੇ ਆਏ ਹੋ ਸੋ ਖੁਦ ਨੂੰ ਸਕਰੀਨ ਦੇ ਉੱਤੇ ਇੱਕ ਅਲੱਗ ਕਿਉਂਕਿ ਵਰਸਟੈਲਿਟੀ ਤੁਸੀਂ ਹਮੇਸ਼ਾ ਹੈ ਨਾ ਬਿਲੀਵ ਕਰਦੇ ਹੋ ਤੁਸੀਂ ਤਾਂ ਪੁਖਰਾਜ ਸੋ ਹਾਊਜ਼ ਇਟ ਓਵਰਆਲ ਮਤਲਬ ਇੱਕ ਪਹਿਲੀ ਗੱਲ ਤਾਂ ਇਹ ਵੀ ਕੱਲ੍ਹ ਜਦੋਂ ਐਵੇਂ ਸੀ ਨਾ ਵੀ ਕੱਲ੍ਹ ਨੂੰ ਮੂਵੀ ਰਿਲੀਜ਼ ਹੈ ਇੱਕ ਮੇਰੇ ਲਈ ਐਂ ਲੱਗ ਜਾਂਦਾ ਸੀ ਮੈਨੂੰ ਮੇਰਾ ਕੱਲ੍ਹ ਨੂੰ ਕੋਈ ਇਗਜ਼ਾਮ ਹੈ ਬਹੁਤ ਫਾਈਨਲ ਅਤੇ ਇਹ ਮੈਨੂੰ ਕਲੀਅਰ ਕਰਨਾ ਜ਼ਰੂਰੀ ਹੈ ਸੋ ਐਕਸਾਈਟਮੈਂਟ ਵੀ ਸੀ ਨਰਵਸ ਬਹੁਤ ਸੀ ਮਤਲਬ ਸਟਾਰਟ ਜੇ ਮੈਨੂੰ ਲੱਗ ਜਾਂਦਾ ਸੀ ਪਰ ਜਦੋਂ ਆਡੀਅੰਸ ਜਦੋਂ ਦੇਖ ਰਹੀ ਸੀ ਮੂਵੀ ਤਾਂ ਜਿਹੜਾ ਸਨਾਟਾ ਸੀ ਮਤਲਬ ਸ਼ਾਂਤੀ ਸੀ ਉਹ ਇੱਕ ਪੋਜ਼ਿਟਿਵ ਸਾਡੇ ਲਈ ਇਹ ਸੀ ਵੀ ਕਿਉਂਕਿ ਜਿਹੜਾ ਸਸਪੈਂਸ ਜਿਹੜਾ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਚੀਜ਼ ਉਹ ਲੋਕ ਜੁੜੇ ਬੈਠੇ ਸੀ ਸੋ ਉਹ ਚੀਜ਼ ਸਾਡੇ ਲਈ ਬਹੁਤ ਪੋਜ਼ਿਟਿਵਿਟੀ ਸੀ ਅਤੇ ਬਾਕੀ ਵਰਸੈਟੈਲਿਟੀ ਦੀ ਗੱਲ ਦੱਸੀ ਤਾਂ ਵਾਈ ਜੀ ਗੇੜੀ ਨਾਲੋਂ ਲਾ ਲਓ ਜਾਂ ਫਿਰ ਉਹ ਤੋਂ ਬਾਅਦ ਕਿਸਮਤ ਵਾਲਾ ਕਰੈਕਟਰ ਇਹ ਟੋਟਲੀ ਇਹ ਡਿਫਰੈਂਟ ਸੀ ਥੋੜ੍ਹਾ ਇਹਦੇ ਵਿੱਚ ਫਾਈਟ ਸੀਕੁਐਂਸ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੀ ਆਈ ਲਰਨ ਫਰੋਮ ਇਟ ਕਿ ਅੱਗੇ ਮੇਰੇ ਫਿਊਚਰ ਪ੍ਰੋਜੈਕਟ ਵਿੱਚ ਬਹੁਤ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਜਿੱਦਾਂ ਸਾਡੇ ਪਿੰਦੀ ਤੋਲਾਵਾਲ ਮੇਰੇ ਹੈ ਨਾ ਅਜ਼ੀਜ਼ ਅਸੀਂ ਬਹੁਤ 7-8 ਸਾਲਾਂ ਤੋਂ ਇਕੱਠੇ ਹਾਂ ਅਤੇ ਰਾਈਟਿੰਗ ਜਦੋਂ ਉਹ ਸ਼ੁਰੂ ਤੋਂ ਹੀ ਮੈਂ ਇਸ ਸਟੋਰੀ ਨਾਲ ਜੁੜਿਆ ਹੋਇਆ ਸੀ ਮਨਪ੍ਰੀਤ ਭਾਜੀ ਅਸੀਂ ਬੈਠੇ ਵੀ ਸਟੋਰੀ ਨਰੇਟ ਕਰਦੇ ਸੀ ਉਦੋਂ ਹਰ ਚੀਜ਼ ਦੇ ਨਾਲ ਜੁੜਨਾ ਅਤੇ ਉਸ ਚੀਜ਼ 'ਤੇ ਵਰਕ ਕਰਨਾ ਅਤੇ ਥੋੜ੍ਹਾ ਜਿਹਾ ਡਿਫਰੈਂਟ ਮੇਰੇ ਲਈ ਇੱਕ ਟਾਸਕ ਜਿਹਾ ਵੀ ਸੀ ਸੋ ਪੁਖਰਾਜ ਨਾਲ ਤਾਂ ਬਹੁਤ ਸਾਰੀ ਅਸੀਂ ਮਤਲਬ ਜਵਾਈ ਜੀ ਗੇੜੀ ਤੋਂ ਕੈਮਿਸਟਰੀ ਵਧੀਆ ਬਣੀ ਹੋਈ ਆ ਉਹ ਕੰਫਰਟੇਬਿਲਟੀ ਜ਼ੋਨ ਹੋ ਗਿਆ ਅਤੇ ਲੱਕੀ ਬਾਈ ਨਾਲ ਮੈਂ ਪਹਿਲੀ ਵਾਰ ਕੰਮ ਕੀਤਾ ਸੀ ਅਤੇ ਓਵਰਆਲ ਮੇਰਾ ਟੋਟਲੀ ਐਕਸਪੀਰੀਅੰਸ ਇੱਕ ਨਵਾਂ ਸੀ ਸਾਰਾ ਅਤੇ ਬਹੁਤ ਅੱਛਾ ਲੱਗਾ ਫਿਲਮ ਦੇ ਵਿੱਚ ਅਸੀਂ ਦੇਖਿਆ ਗੇੜੀਆਂ ਜਿਹੜੀ ਗੇੜੀ ਇੱਕ ਦਿਖਾਈ ਗਈ ਹੈ ਬਾਈਕ 'ਤੇ ਸਟਾਰਟਿੰਗ ਦੇ ਵਿੱਚ ਉਹਦੀ ਗੱਲ ਕਰ ਲਈਏ ਫੋਨ ਦੀ ਗੱਲ ਕਰ ਲਈਏ ਮੈਨੂੰ ਇੱਕ ਗੱਲ ਦੱਸੋ ਗੇੜੀਆਂ ਪਹਿਲੇ ਗੇੜੀ ਗੇੜੀ ਕੋਈ ਯਾਦ ਇੱਕ ਤੁਹਾਡੀ ਅਤੇ ਪੁਖਰਾਜ ਦੀ ਗੇੜੀ ਵੈਸੇ ਤਾਂ ਸ਼ੂਟ 'ਤੇ ਤਾਂ ਅਲੱਗ ਮਸਲਾ ਹੈ ਵੈਸੇ ਵਾਈ ਜੀ ਗੇੜੀ ਵੇਲੇ ਜਦੋਂ ਅਸੀਂ ਸ਼ੂਟ ਤੋਂ ਬਾਅਦ ਫਰੀ ਫਰੂ ਹੋ ਜਾਂਦੇ ਸੀ ਗੇੜੀ ਗੁੜੀ ਵੀ ਜਦੋਂ ਪਟਿਆਲਾ ਸ਼ੂਟ ਹੁੰਦਾ ਸੀ ਯੂਨੀਵਰਸਿਟੀ 'ਚ ਗੇੜੀ ਦਿੱਤੀ ਜਾਂ ਬਾਹਰ ਕਦੇ 22 ਨੰਬਰ ਚਲੇ ਗਏ ਖਾਣ ਪੀਣ ਵਾਲੇ ਸੀ ਗੇੜੀਆਂ ਤਾਂ ਜਦੋਂ ਫਰੀ ਟਾਈਮ ਹੁੰਦਾ ਸੀ ਮਤਲਬ ਵੈਸੇ ਇੱਕ ਸੈਰ ਸਪਾਟਾ ਕਰਨ ਚੱਲ ਜਾਂਦੇ ਸੀ ਖਾਣ ਪੀਣ ਮਾਮਿਆਂ ਤੋਂ ਕਿੰਨਾ ਕੁ ਭੱਜਿਓ ਅਤੇ ਚਲਾਨ ਕਿੰਨੇ ਕੁ ਕਟਾਏ ਚਲਾਨ ਤਾਂ ਮਤਲਬ ਵੀ ਕਾਫੀ ਹੁਣ ਥੋੜ੍ਹਾ ਜਿਹਾ ਇੱਦਾਂ ਵੀ ਕਈ ਜਿੱਦਾਂ ਹੁੰਦੇ ਨੇ ਵੀ ਪਹਿਚਾਣ ਲੈਂਦੇ ਨੇ ਤਾਂ ਉੱਥੇ ਕਿਤੇ ਉਹ ਚੀਜ਼ ਦਾ ਮਤਲਬ ਬੈਨੀਫਿਟ ਹੋ ਜਾਂਦਾ ਅਤੇ ਪਹਿਲਾਂ ਹਾਂ ਮਤਲਬ ਵੀ ਵੈਸੇ ਇੰਨਾ ਆਪਾਂ ਹੁੱਲੜਬਾਜ਼ੀ ਵਾਲੇ ਹੈ ਨਹੀਂ ਸੀ ਵੀ ਕੋਈ ਚਲਾਣ ਚਲਾਉਣਾ ਹੈਗਾ ਜਿਹੜੀ ਚੀਜ਼ ਹੁਣ ਘੱਟ ਵੱਧ ਜਾਂ ਕੋਈ ਵੈਸੇ ਘੇਰ ਲੈਂਦੇ ਨੇ ਜਦੋਂ ਉਹ ਇੱਕ ਦੋ ਵਾਰੀ ਕੱਟਿਆ ਤਾਂ ਹੈ ਵੀ ਬਸ ਇੱਕ ਦੋ ਵਾਰੀ ਦੇ ਲੈ ਕੇ ਜੇ ਵੀ ਨਿਕਲਿਆ ਸੋ ਇੱਕ ਬੜਾ ਅੱਛੀ ਚੀਜ਼ ਦਿਖਾਈ ਗਈ ਹੈ ਮੋਬਾਈਲ ਫੋਨ ਨੂੰ ਟੇਪ ਲਗਾਈ ਹੋਈ ਹੈ ਨਾ ਸੋ ਬਚਪਨ ਦੇ ਵਿੱਚ ਇੱਦਾਂ ਅਸੀਂ ਬੜੇ ਸਾਰੇ ਮੋਬਾਈਲ ਫੋਨ ਯੂਜ਼ ਕੀਤੇ ਆ ਸੋ ਤੁਸੀਂ ਵੀ ਕਦੀ ਟੁੱਟਣ 'ਤੇ ਤੁਹਾਡਾ ਫੋਨ ਕਦੀ ਪਾਣੀ 'ਚ ਡਿੱਗਿਆ ਇਹਦਾ ਜੋੜਿਆ ਉਹਨੂੰ ਰੀਚਾਰਜ ਕਰਵਾ ਲਿਆ ਤੁਸੀਂ 10-10 ਰੁਪਏ ਵਾਲੇ ਹਾਂ ਹਾਂ ਉਹੀ ਜਨਰੇਸ਼ਨ ਹੀ ਸਾਰੀ ਆਪਣੀ ਉਹੀ ਹੈ 1100 ਫੋਨ ਹੁੰਦਾ ਸੀ ਨੋਕੀਆ ਦਾ ਉਹ ਢੱਕਣ ਜਾਂ ਖੜਦੀ ਸੀ ਬੈਟਰੀ ਫੁੱਲ ਜਾਂਦੀ ਸੀ ਤਾਂ ਉਹਦੇ 'ਤੇ ਰਬੜ ਚਾੜ ਲੈਂਦੇ ਜਾਂ ਟੇਪ ਲਾ ਲੈਂਦੇ ਉਹ ਚੀਜ਼ ਬੜਾ ਮਤਲਬ ਵੀ ਉਹੀ ਜਨਰੇਸ਼ਨ ਹੈ ਸਾਰੀ ਆਪਣੀ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ 'ਚ ਲੰਘੇ ਹੋਏ ਸਾਰੀ ਚੀਜ਼ਾਂ ਕੀਤੀਆਂ ਹੋਈਆਂ ਨੇ ਸੋ ਡਾਟਾ ਪੈਕ ਕਦੀ ਮੰਗਿਆ ਕਿਸੇ ਤੋਂ ਨੈੱਟ ਮੁੱਕਣ 'ਤੇ ਭੈਣ ਭਰਾ ਤੋਂ ਯਾਰ ਦਹੀਂ ਮਾੜਾ ਜਾਂ 5 ਰੁਪਏ ਦਾ ਰੀਚਾਰਜ ਕਰਵਾ ਓਬਵੀਅਸ ਹਾਂਜੀ ਹਾਂਜੀ ਉਦੋਂ ਤਾਂ ਕੂਪਨ ਜੇ ਵੀ ਆਉਂਦੇ ਹੁੰਦੇ ਸੀ ਜਦੋਂ ਮੁੱਕ ਜਾਂਦਾ 10 ਰੁਪਏ ਜੀ 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 ਹਾਂਜੀ ਸੋ ਇਹ ਫਿਲਮ ਦਾ ਕਨਸੈਪਟ ਇਜ਼ ਟੋਟਲੀ ਡਿਫਰੈਂਟ ਮੈਨੂੰ ਜੋ ਅੱਛਾ ਪਾਰਟ ਲੱਗਿਆ ਉਹ ਇਹ ਲੱਗਿਆ ਕਿ ਬੜੀ ਨਪੀ ਤੁਲੀ ਜਿਹੀ ਫਿਲਮ ਸੀ ਕੁਝ ਕੁ ਕਰੈਕਟਰਸ ਦੀ ਫਿਲਮ ਸੀ ਔਰ ਸਾਰੇ ਬੜੇ ਪ੍ਰੋਮੀਨੈਂਟ ਸੀਗੇ ਲੇਕਿਨ ਜੇ ਫਿਲਮ ਓਵਰਆਲ ਦੇਖ ਕੇ ਤੁਸੀਂ ਕੋਈ ਚੀਜ਼ ਬੈਸਟ ਤੁਹਾਨੂੰ ਲੱਗੀ ਜਿਹੜੀ ਤੁਸੀਂ ਉਸ ਟਾਈਮ ਤੇ ਰੀਅਲਾਈਜ਼ ਨਹੀਂ ਕੀਤੀ ਉਹ ਕੀ ਸੀ ਅੰਮ੍ਰਿਤ ਇਹ ਮਤਲਬ ਮੈਂ ਜਿਵੇਂ ਸਾਰੀ ਓਵਰਆਲ ਇੱਕ ਪੂਰਾ ਕੰਟੈਂਟ ਸੀ ਸਾਰੀ ਫਿਲਮ ਵੀ ਦੇਖ ਰਹੇ ਸੀ ਕਿਉਂਕਿ ਮੈਂ ਆਪਣੇ ਤੋਂ ਇਲਾਵਾ ਪੁਖਰਾਜ ਦਾ ਜਾਂ ਹੋਰ ਜਿੰਨੇ ਵੀ ਕਰੈਕਟਰ ਸਾਰਿਆਂ ਦਾ ਦੇਖ ਰਿਹਾ ਕਿਉਂਕਿ ਕਈ ਵਾਰ
ਮਤਲਬ ਹਰ ਤਰ੍ਹਾਂ ਦਾ ਕਿਰਦਾਰ ਵੀ ਪੁਖਰਾਜ ਨੇ ਕਿੱਦਾਂ ਨਿਭਾਇਆ, ਮੈਂ ਕਿੱਦਾਂ ਕੀਤਾ, ਸਾਡੀ ਆਪਸ 'ਚ ਬੋਂਡਿੰਗ ਉਹ ਵੈਸੇ ਤਾਂ ਬਹੁਤ ਹੈ ਸਕਰੀਨ 'ਤੇ ਕਿੱਦਾਂ ਦਿਖ ਰਹੀ ਹੈ ਉਹ ਦੋ ਕਰੈਕਟਰਾਂ ਦੀ, ਉਹ ਚੀਜ਼ਾਂ ਇੱਕ ਲਰਨ ਕਰਨ ਵਾਲੀਆਂ ਗੱਲਾਂ ਨੇ, ਤਾਂ ਆਪਾਂ ਚੀਜ਼ਾਂ ਉਹ ਨੋਟਿਸ ਵੀ ਕਰਦੇ ਰਹਿੰਦੇ ਹਾਂ। ਸੋ ਜਿਹੜਾ ਮੇਰਾ ਮੈਨੂੰ ਜਿੱਦਾਂ ਕੰਪਲੀਮੈਂਟ ਜਾਂ ਜਿੰਨਾ ਵੀ ਦੱਸ ਰਹੇ ਨੇ ਉਹ ਚੀਜ਼ ਵੀ ਜਿਹੜਾ ਇੱਕ ਫਸਟ ਹਾਫ ਤੋਂ ਬਾਅਦ ਜਿਹੜਾ ਚੇਂਜ ਆਇਆ ਵੀ ਉਹ ਹੋਲਡ ਕਰਨਾ ਮੇਰੇ ਲਈ, ਕਿਉਂਕਿ ਕਈ ਵਾਰ ਅਸੀਂ ਸਿਚੁਏਸ਼ਨਾਂ ਐਸੀਆਂ ਸੀ ਸੀਨ ਸ਼ੂਟ ਕਰਨ ਵੇਲੇ, ਕਿਉਂਕਿ ਉਹ ਟੈਂਸ ਸਿਚੁਏਸ਼ਨ ਤੋਂ ਪਹਿਲਾਂ ਅਸੀਂ ਸ਼ੂਟ ਕਰਨ ਤੋਂ ਪਹਿਲਾਂ ਨਾ ਮਤਲਬ ਵੀ ਬਹੁਤ ਫਨ ਕਰੀ ਜਾਂਦੇ, ਹੱਸੀ ਜਾਂਦੇ ਜਾਂ ਉਹ ਕਿਤੇ ਨਾ ਕਿਤੇ ਉਹ 'ਤੇ ਇਫੈਕਟ ਪੈ ਜਾਂਦਾ, ਅਤੇ ਮੈਂ ਉਹ ਚੀਜ਼ ਦੇਖ ਰਿਹਾ, ਮੈਂ ਕਿਹਾ ਹੱਸੀ ਕੱਢੀ ਜਾਂਦੇ ਸੀ ਵੀ ਡਾਇਰੈਕਟਰ ਸਾਹਿਬ ਵੀ ਕਹਿੰਦੇ ਯਾਰ ਬਸ ਕਰੋ ਹੁਣ ਆਪਾਂ ਸੀਟ ਸ਼ੂਟ ਕਰ ਲਈਏ, ਅਤੇ ਉਹ ਚੀਜ਼ ਹੋਲਡ ਮਤਲਬ ਵੀ ਕਰ ਪਾਇਆ। ਸੋ ਉਹਦੇ ਲਈ ਮੈਨੂੰ ਖੁਸ਼ੀ ਹੈ ਵੀ ਉਹ ਚੀਜ਼ ਸਹੀ ਨਿਭੀ ਮੇਥੋਂ। ਸੋ ਸਾਡੇ ਵੱਲੋਂ ਇੱਕ ਵਾਰ ਫਿਰ ਤੋਂ ਬਹੁਤ ਬੈਸਟ ਵਿਸ਼ਿਸ ਨੇ, ਤੁਹਾਡੇ ਨਾਲ ਦੇ ਕੋ ਆਰਟਿਸਟ ਹੈਗੇ ਨੇ ਇਹਨਾਂ ਨੂੰ ਜ਼ਰਾ ਬੁਲਾ ਲਓ ਫਰੇਮ ਦੇ ਵਿੱਚ। ਜੈਸਮੀਨ ਹੋਰ ਵੀ ਨੇ, ਆਈ ਥਿੰਕ ਕਰਨ ਵੀ ਹੈਗੇ ਹੈ ਨਾ, ਪੁਖਰਾਜ ਨੇ, ਕਰਨ ਨੇ, ਸਭ ਨੂੰ ਬੁਲਾ ਲਓ। ਹਾਏ, ਪਹਿਲੇ ਤਾਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਵੇਖ ਕੇ ਬੜਾ ਹੀ ਮਜ਼ਾ ਆਉਂਦਾ, ਹਜੇ ਬਾਕੀ ਦੇ ਜਣੇ ਵੀ ਆ ਰਹੇ ਨੇ, ਸੋ ਹਾਓ ਆਰ ਯੂ? ਆਈ ਐਮ ਗੁੱਡ, ਤੁਸੀਂ ਕਿਵੇਂ ਹੋ? ਮੈਂ ਬਿਲਕੁਲ ਠੀਕ ਹਾਂ। ਸੋ ਫਿਲਮ ਦੇਖੀ ਤੁਸੀਂ ਪੁਖਰਾਜ ਦੀ, ਕਿਹੋ ਜਿਹੀ ਲੱਗੀ? ਮੈਨੂੰ ਤਾਂ ਪੁਖਰਾਜ ਦੀ ਨਹੀਂ, ਸੇ ਅੰਬੀ ਦੀ ਵੀ ਹੈਗੀ ਆ ਪੂਰੀ, ਸਾਰਿਆਂ ਤੁਹਾਡੇ ਸਾਰਿਆਂ ਦੀ ਹੈ ਬੇਸਿਕਲੀ, ਕਿਉਂਕਿ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੂਵੀ ਬਹੁਤ ਵਧੀਆ, ਪੇਸ ਨਹੀਂ ਕਿਤੇ ਵੀ ਟੁੱਟਿਆ, ਅਤੇ ਬਹੁਤ ਸਿਰੇ ਤੱਕ ਬਹੁਤ ਵਧੀਆ ਫਿਲਮ, ਸਾਰਿਆਂ ਦਾ ਬਹੁਤ ਹੀ ਜ਼ਿਆਦਾ ਸੋਹਣਾ ਸੀਗਾ, ਕੁਛ ਨਵਾਂ ਆਇਆ। ਮੈਨੂੰ ਤਾਂ ਉਹਦੀ ਜ਼ਿਆਦਾ ਖੁਸ਼ੀ ਆ ਕਿ ਸਾਰਿਆਂ ਲਈ ਰਾਹ ਖੁੱਲ੍ਹ ਗਏ ਨੇ, ਜੋਨਰ ਨਵਾਂ ਆਇਆ, ਅਤੇ ਅਸੀਂ ਐਕਚੁਅਲੀ ਮੈਨੂੰ ਹੁਣੇ ਕਹਿ ਰਹੇ ਸੀ ਸਾਰੇ ਕਿ ਤੁਸੀਂ ਵੈਬ ਸੀਰੀਜ਼ ਪਹਿਲੀ ਲੈ ਕੇ ਆਏ ਸੀ, ਤਾਂ ਇਹੋ ਜਿਹਾ ਜੋਨਰ ਵੀ ਸਾਡੇ ਹੀ ਦੋਸਤ ਪਹਿਲਾਂ ਲੈ ਕੇ ਆ ਰਹੇ ਆ, ਤਾਂ ਵਧੀਆ ਲੱਗਦਾ ਜਦੋਂ ਹਰ ਚੀਜ਼ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ, ਕਿਉਂਕਿ ਇੱਕ ਅੱਡ ਸਟੋਰੀ ਆ ਇਹਦੇ 'ਚ, ਹੈ ਨਾ, ਅੱਡ ਸਟੋਰੀ ਆ। ਦੇਖੋ ਇਹਦੇ ਵਿੱਚ ਕੋਈ ਗੀਤ ਨਹੀਂ ਸੀਗਾ, ਇਸੇ ਕਰਕੇ ਨਹੀਂ ਸੀਗਾ ਕਿਉਂਕਿ ਫਿਲਮ ਦੀ ਜਿਹੜੀ ਸਟੋਰੀ ਆ ਉਹ ਵੀ ਬਹੁਤ ਜ਼ਿਆਦਾ ਸਟਰੋਂਗ ਸੀਗੀ, ਅਤੇ ਉਹ ਸਟੋਰੀ ਕਿਤੇ ਡਿਸਟਰੈਕਟ ਨਾ ਹੋਵੇ, ਹੈ ਨਾ ਕੋਈ, ਅਤੇ ਇਸ ਕਰਕੇ ਕਮਾਲ ਦਾ ਕੰਮ ਸੀਗਾ। ਇਹਦੇ ਵਿੱਚ ਅੰਬੀ ਬਾਈ ਦਾ ਬਹੁਤ ਸੋਹਣਾ ਰੋਲ ਸੀਗਾ, ਪੁਖਰਾਜ ਬਾਈ ਦਾ ਬਹੁਤ ਵਧੀਆ, ਉਹ ਤਾਂ ਪਹਿਲਾਂ ਵੀ ਯਾਰ ਜਿਗਰੀ ਦੇਖ ਲਿਆ ਸੀ, ਪਰ ਇਹਦੇ ਵਿੱਚ ਜਿਹੜਾ ਦੇਖੀ ਕਿ ਡਿਫਰੈਂਟ ਸੀਗਾ, ਅਤੇ ਉਹਦੇ ਨਾਲ ਰਿਲੇਟ ਵੀ ਨਹੀਂ ਕਰਦਾ, ਇਹਦੇ 'ਚ ਇਹ ਭਾਅ ਲੱਗਦਾ ਵੀ ਹਾਂ ਬੰਦੇ 'ਚ ਜਿਹੜੀ ਕਲਾ ਆ ਉਹ ਬਾ ਕਮਾਲ ਦੀ ਆ। ਤੁਸੀਂ ਸਾਰੇ ਆਪਸ ਦੇ ਵਿੱਚ ਹਮੇਸ਼ਾ ਇੱਕ ਅੱਛਾ ਬੌਂਡ ਸ਼ੇਅਰ ਕਰਦੇ ਹੋ, ਪ੍ਰੋਫੈਸ਼ਨਲੀ ਜਾਂ ਪਰਸਨਲੀ ਵੀ, ਅਸੀਂ ਦੇਖੀਏ ਵਿਆਹ 'ਤੇ ਵੀ ਤੁਸੀਂ ਵਾਧੂ ਰੌਣਕਾਂ ਲਗਾਈਆਂ, ਹੈ ਨਾ, ਥੋੜ੍ਹੀ ਦੇਰ ਪਹਿਲੇ ਵਿਆਹ ਹੋਇਆ ਪੁਖਰਾਜ ਦਾ। ਸੋ ਮੈਂ ਜ਼ਰੂਰ ਚਾਹਾਂਗੀ ਕਿ ਇੱਕ ਇੱਕ ਗੱਲ ਤੁਸੀਂ ਆਪਸ 'ਚ ਐਕਸਚੇਂਜ ਕਰਕੇ ਦੱਸਣੀ ਹੈ, ਤੁਸੀਂ ਪਹਿਲੇ ਇਹਨਾਂ ਬਾਰੇ ਦੱਸੋ। ਸਾਡਾ ਬੌਂਡ ਐਸਾ ਮਤਲਬ ਵੀ ਸਾਰੀਆਂ ਚੰਗੀਆਂ ਮਾੜੀਆਂ ਚੀਜ਼ਾਂ ਅਸੀਂ ਇਕੱਠੇ ਇੰਜੋਏ ਕਰਦੇ ਹਾਂ, ਅਤੇ ਜਿਵੇਂ ਤੁਸੀਂ ਪਹਿਲਾਂ ਗੇੜੀ ਵਾਲੀ ਗੱਲ ਕੀਤੀ, ਜਿਵੇਂ ਸ਼ੂਟ 'ਤੇ ਅਸੀਂ ਮਤਲਬ ਜੋ ਸੀਨ ਸ਼ੂਟ ਤੋਂ ਹੋਣ ਤੋਂ ਪਹਿਲਾਂ ਅਸੀਂ ਬਹੁਤ ਸਾਰਾ ਫਨ ਕਰਦੇ ਹਾਂ, ਅਤੇ ਉਹ ਮਤਲਬ ਡਾਇਰੈਕਟਰ ਸਾਹਿਬ ਭੜ ਕੇ ਕਹਿੰਦੇ ਵੀ ਯਾਰ ਫਨ ਬੰਦ ਕਰੋ ਅਤੇ ਆਪਾਂ ਸ਼ੂਟ ਕਰੀਏ, ਅਤੇ ਉਹ ਚੀਜ਼ ਫਿਰ ਜਦੋਂ ਸ਼ੂਟ ਕਰਨ ਲੱਗਦਾ ਫਿਰ ਅਸੀਂ ਉਸ ਕਰੈਕਟਰ 'ਚ ਹੁੰਦੇ, ਉਦੋਂ ਪਹਿਲਾਂ ਸਾਡੀਆਂ ਮਸਤੀਆਂ ਬਹੁਤ ਚੱਲਦੀਆਂ ਰਹਿੰਦੀਆਂ ਨੇ, ਇੱਕ ਦੂਜੇ ਨੂੰ ਛੇੜ ਖਾਂਦੀਆਂ, ਅਤੇ ਬੋਲਦੇ ਰਹਿੰਦੇ ਉਹ ਇੰਜੋਇਮੈਂਟ ਸਾਡਾ, ਸਾਰੇ ਸ਼ਰਾਰਤੀ ਹੈ, ਬਹੁਤ ਛੇੜਖਾਨੀਆਂ ਕਰਦੇ ਸਾਰੇ। ਤੁਹਾਨੂੰ ਸਭ ਤੋਂ ਜ਼ਿਆਦਾ ਤੰਗ ਕੌਣ ਕਰਦਾ? ਮੈਨੂੰ ਹਾਲ ਫਿਲਹਾਲ ਤੰਗ ਕਿਸੇ ਨੇ ਜੇ ਕੀਤਾ ਹੈ, ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਇਸੇ ਮੂਵੀ ਦੀ ਪ੍ਰਮੋਸ਼ਨਸ ਵੇਲੇ ਜਦੋਂ ਇਹ ਰੇਡੀਓ 'ਚ ਆਪਣੀ ਪ੍ਰਮੋਸ਼ਨ ਕਰਨ ਗਏ, ਇਹਨਾਂ ਨੂੰ ਮੌਕਾ ਮਿਲਿਆ ਕਿ ਤੁਸੀਂ ਇੱਕ ਬੰਦੇ ਨੂੰ ਮੁਰਗਾ ਬਣਾਉਣਾ, ਤਾਂ ਕਿਉਂ ਮੈਨੂੰ ਸਮਝ ਨਹੀਂ ਲੱਗਦੀ ਇੱਕ ਕੁੜੀ ਦਾ ਨਾਂ ਇਹਨਾਂ ਦੇ ਦਿਮਾਗ 'ਚ ਕਿਉਂ ਆਉਂਦਾ, ਅਤੇ ਉਹ ਵੀ ਮੇਰਾ ਨਾਂ, ਕਿ ਬਸ ਜੈਸਮਿਨ ਨੂੰ ਉੱਥੇ ਅੱਗੇ ਕਰ ਦਿਉ ਜਿੱਥੇ ਪ੍ਰੈਂਕ ਕਰਨਾ ਹੋਵੇ, ਅਤੇ ਇਹਨਾਂ ਨੇ ਮੇਰਾ ਇੰਨਾ ਜਲੂਸ ਕੱਢਿਆ ਹੈ ਨਾ ਫੋਨ ਕਾਲ ਕਰਕੇ, ਮੈਨੂੰ ਜ਼ਿਆਦਾ ਗੁੱਸੇ ਤਾਂ ਹੋ ਗਏ ਸੀਗੇ ਕਿ ਮੈਨੂੰ ਮੁਰਗੀ ਕਿਉਂ ਨਹੀਂ ਬਣਾਇਆ। ਲੇਕਿਨ ਇੱਕ ਇੱਕ ਪਲੱਸ ਪੁਆਇੰਟ ਹੁੰਦਾ ਜਦੋਂ 4-5 ਮੁੰਡੇ ਹੁੰਦੇ ਆ ਗਰੁੱਪ 'ਚ, ਇੱਕ ਕੁੜੀ ਹੁੰਦੀ ਆ ਜਾਂ ਦੋ ਕੁੜੀਆਂ, ਉਹਨਾਂ ਨੂੰ ਪੈਂਪਰ ਬਹੁਤ ਅਲੱਗ ਤਰੀਕੇ ਨਾਲ ਕੀਤਾ ਜਾਂਦਾ, ਇਜ਼ ਇਟ? ਨਹੀਂ, ਇਹੋ ਜਿਹਾ ਤਾਂ ਕੁਝ ਨਹੀਂ ਸੀਗਾ, ਮੈਨੂੰ ਲੱਗਦਾ ਇਹਨਾਂ ਨੇ ਸਾਨੂੰ ਟ੍ਰੀਟ ਹੀ ਨਹੀਂ ਕੀਤਾ ਉਹਦਾ, ਜਿਹੜੇ ਕਿ ਇਕੱਲੀ ਦੋ ਕੁੜੀਆਂ ਉਹ ਜਿਹਾ ਨੇ, ਇਹ ਤਾਂ ਸਾਨੂੰ ਇੱਦਾਂ ਕਰਦੇ ਸੀ ਕਿ ਤੂੰ ਵੀ ਭਰਾ ਹੀ ਆ ਸਾਡਾ, ਉੱਦਾਂ ਕਰਕੇ ਅਤੇ ਸਾਰੇ ਐਕਚੁਅਲੀ ਫੈਮਿਲੀ ਆ ਨਾ ਜੀ, ਫੈਮਿਲੀ ਕਰਕੇ ਹੀ ਅਸੀਂ ਜੁੜੇ ਹਾਂ, ਹੈ ਨਾ, ਫਿਰ ਅਸੀਂ ਅੱਗੇ ਤਾਂ ਹੀ ਵਧੇ ਹਾਂ ਅਤੇ ਅੱਜ ਤੁਹਾਡੇ ਸਾਹਮਣੇ ਖੜੇ ਹਾਂ। ਇਹ ਨਹੀਂ ਹੈ ਕਿ ਆਪਾਂ ਕੰਮ ਕੀਤਾ, ਕੰਮ ਦੇ ਇਲਾਵਾ ਵੀ ਅਸੀਂ ਨਾ ਇੱਕ ਫੈਮਿਲੀ ਵਾਂਗ ਹੀ ਰਹਿੰਦੇ ਸੀਗੇ, ਇਕੱਠੇ ਆਉਣਾ, ਇਕੱਠੇ ਜਾਣਾ, ਅਤੇ ਉਹ ਮੈਨੂੰ ਲੱਗਦਾ ਉਹ ਮੈਟਰ ਬਹੁਤ ਕਰਦਾ, ਅਤੇ ਇਹਨਾਂ ਨੇ ਪੈਂਪਰ ਤਾਂ ਨਹੀਂ ਕੀਤਾ, ਪਰ ਮੈਂ ਖੁਸ਼ ਹਾਂ ਕਿ ਮੈਂ ਇਹਨਾਂ ਨੂੰ ਸਾਰਿਆਂ ਨੂੰ ਜਾਣਦੀ ਹਾਂ, ਮੈਂ ਇਹਨਾਂ ਦੀ ਗਰੁੱਪ ਦੀ ਇੱਕ ਪਾਰਟ ਹਾਂ, ਮੈਨੂੰ ਜ਼ਿਆਦਾ ਮੈਂ ਇੰਸਪਾਇਰ ਵੀ ਹੁੰਦੀ ਹਾਂ ਅਤੇ ਮੈਨੂੰ ਖੁਸ਼ੀ ਵੀ ਹੈ। ਇੱਕ ਗੱਲ ਜ਼ਰੂਰ ਜਾਣਨੀ ਚਾਹਾਂਗੀ, ਕਿਉਂਕਿ ਤੁਹਾਡੀ ਕਨਵਰਸੇਸ਼ਨ ਆਈ ਐਮ ਸ਼ੋਰ ਕੰਮ 'ਤੇ ਜ਼ਰੂਰ ਹੁੰਦੀ ਹੋਏਗੀ, ਸੋ ਯਾਰ ਜਿਗਰੀ ਆਪਾਂ ਦੇਖੀ ਹੈ ਉਹ ਬਹੁਤ ਹੀ ਮੁਕੰਮਲ ਹੋਈ ਹੈ, ਲੇਕਿਨ ਉਸ ਤੋਂ ਬਾਅਦ ਕਿਸੇ ਹੋਰ ਕੋਨਸੈਪਟ 'ਤੇ ਤੁਸੀਂ ਸਾਰੇ ਇਕੱਠੇ ਕੰਮ ਕਰਨ ਬਾਰੇ ਕੋਈ ਪਲਾਨ ਕਰਦੇ ਹੋ, ਕਿਸ ਤਰ੍ਹਾਂ ਦੇ ਕੋਨਸੈਪਟ 'ਤੇ ਤੁਸੀਂ ਮਿਲ ਕੇ ਕੰਮ ਕਰਨਾ ਚਾਹੋਗੇ? ਡਿਸਕਸ਼ਨ ਤਾਂ ਮਤਲਬ ਕੋਈ ਮੂਵੀ ਆਉਂਦੀ ਹੈ ਜਾਂ ਹਿੰਦੀ ਪੰਜਾਬੀ, ਅਸੀਂ ਵੈਸੇ ਜਦੋਂ ਆਪਾਂ ਫਰੀ ਟਾਈਮ ਹੁੰਦਾ ਵੀ ਅੱਜ ਮੂਵੀ ਦੇਖਣ ਚੱਲੀ, ਡਿਸਕਸ਼ਨਾਂ ਤਾਂ ਚੱਲਦੀ ਰਹਿੰਦੀਆਂ ਨੇ ਆਪ 'ਚ, ਜਾਂ ਜਦੋਂ ਮਿਲਦੇ ਹਾਂ ਗੱਲਬਾਤ ਚੱਲਦੀ ਰਹਿੰਦੀ ਹੈ। ਸੋ
उस टॉपिक ते तां जिदा जदों मिले नाल फन करी जाओ नाले कोई गलबात एक्टिंग दी जां कोई इस फील्ड दे है ना नाल रिलेटेड हर चीज़ दी डिस्कशन चलती रहिंदी आपस च फोन ना दे ला लो जां मिल के ला लो ज़्यादातर डिस्कशन जिहड़ी हुंदी आ जिदा हुण मैं ते पुखराज गाउंदे आ असीं है ना साडा ऐ हुंदा वी असीं पहलां इन्हां नूं जदों मिलीए इन्हां नूं आपणे गीत सुणाईए गीत पास कराइए किदां दे गीत ने ते ओ असीं ज़्यादा साडा डिस्कशन पहलां गीतां ते क्योंकि मूवी दा जिहड़ा हुंदा बहुत वड्डा तामझाम हुंदा ਅਤੇ ਗੀਤਾਂ ਦਾ ਅਸੀਂ ਆਪਸ 'ਚ ਕਰ ਲੈਂਦੇ ਹਾਂ ਅਤੇ ਜਦੋਂ ਮਿਲਦੇ ਹਾਂ ਉਦੋਂ ਨਾਲੇ ਇੰਜੋਏ ਵੀ ਕਰਦੇ ਹਾਂ ਗੀਤ ਫਿਰ ਇਹਨਾਂ ਤੋਂ ਸਲਾਹ ਵੀ ਲੈਂਦੇ ਹਾਂ ਨਾ ਆਪਾਂ ਯਾਰ ਜਿਗਰੀ ਜਿੱਦਾਂ ਲੈ ਕੇ ਆਏ ਇੰਨੀ ਵੱਡੀ ਹਿੱਟ ਸੀਗੀ ਤਾਂ ਅਸੀਂ ਜਲਦਬਾਜ਼ੀ ਕਰਕੇ ਨਾ ਉਹਦਾ ਬਾਹਰ ਅਸੀਂ ਥੱਲੇ ਨਹੀਂ ਕਰ ਸਕਦੇ ਸਾਨੂੰ ਉਸ ਤੋਂ ਉੱਤੇ ਹੀ ਕੁਝ ਲਾਉਣਾ ਪਏਗਾ ਅਤੇ ਜੇ ਟਾਈਮ ਲੱਗੇ ਤਾਂ ਉਹ ਵੀ ਸਹੀ ਹੈ ਪਰ ਜਦੋਂ ਵੀ ਆਵਾਂਗੇ ਦੁਬਾਰਾ ਯਾਰ ਜਿਗਰੀ ਵਾਲਾ ਮੈਜਿਕ ਹੀ ਆਊਗਾ ਸੋ ਪੂਰੀ ਉਮੀਦ ਵੀ ਲਗਾਈ ਜਾ ਸਕਦੀ ਔਰ ਐਕਸਪੈਕਟੇਸ਼ਨ ਸਕਾਈ ਹਾਈ ਹੈਗੀਆਂ ਵੀ ਨੇ ਕਿਉਂਕਿ ਗਾਣੇ ਦੀ ਗੱਲ ਹੋਈ ਹੈ ਦੋ ਲਾਈਨਾਂ ਤਾਂ ਬਣਦੀਆਂ ਨੇ ਅੱਜ ਦੋ ਲਾਈਨਾਂ ਬਣਦੀਆਂ ਨੇ ਚਲੋ ਗਾਓ ਸਾਰੇ ਤੂੰ ਸ਼ੁਰੂ ਤਾਂ ਕਰ ਉਹ ਕਈ ਕਾਲਜ ਦੇ ਵਿੱਚ ਆਉਂਦੇ ਯਾਰ ਉਹ ਟਾਈਮ ਪਾਸ ਨੂੰ ਕਈਆਂ ਦੀ ਹੋ ਜੁੜੀਗਰੀ ਉਹ ਬੈਠੇ ਸਿਆਸ ਨੂੰ ਕਈ ਯਾਰ ਸੈੱਟ ਨੇ ਹੁੰਦੇ ਕਈਆਂ ਦੇ ਜੱਕ ਨੇ ਹੁੰਦੇ ਕਈਆਂ ਤੋਂ ਪਰਚੀ ਫੜੀ ਗਈ ਤੇ ਗੱਲ ਵਿਗੜੀ ਉਹ ਪੂਰੀ ਨਹੀਂ ਹੁੰਦੀ ਇੱਕ ਸੂਤੀ ਡਿਗਰੀ ਪਰ ਡਿਗਰੀ ਨੇ ਦਿੱਤੇ ਸਾਨੂੰ ਯਾਰ ਜਿਗਰੀ ਲਓ ਜੀ ਇਹ ਬਿਲਕੁਲ ਮੈਂ ਕਹਿੰਦਾ ਸਾਡੇ ਉੱਤੇ ਗੀਤ ਲਿਖਿਆ ਗਿਆ ਸਾਡੇ ਉੱਤੇ ਗੀਤ ਬਣਿਆ ਹੈ ਤੇ ਅਸੀਂ ਮੈਨੂੰ ਲੱਗਦਾ ਇਹ ਗਾਣੇ ਕਰਕੇ ਇਕੱਠੇ ਆ ਜੀ ਸੋ ਆਈ ਵਿਸ਼ ਕਿ ਤੁਸੀਂ ਇਕੱਠੇ ਰਹੋ ਇਕੱਠੇ ਕੰਮ ਕਰੋ ਐਂਡ ਕੀਪ ਅਪ ਦਾ ਗੁੱਡ ਵਰਕ ਆਲ ਮਾਈ ਵਿਸ਼ਸ ਟੂ ਯੂ ਐਂਡ ਲਵ ਟੂ ਥੈਂਕ ਯੂ ਸੋ ਮਚ ਸੋ ਥੈਂਕ ਯੂ ਸਾਡੇ ਨਾਲ ਸੀਗੇ ਅੱਜ ਅੰਮ੍ਰਿਤ ਜੈਸਮਿਨ ਐਂਡ ਕਰਨ ਐਂਡ ਆਈ ਐਮ ਸ਼ੋਰ ਕਿ ਤੁਹਾਨੂੰ ਇਹ ਕਨਵਰਸੇਸ਼ਨ ਪਸੰਦ ਆਈ ਹੋਏਗੀ ਸੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਫਿਲਹਾਲ ਦੇ ਲਈ ਦਿਓ ਇਜਾਜ਼ਤ ਸਾਈਨਿੰਗ ਆਫ